ਸਤਿ ਸ਼੍ਰੀ ਅਕਾਲ ਜੀ, ਡੀ ਪੀ ਜੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਆ। ਤਾਂ ਵਿੱਕੀ ਮਲਿਕ ਨੇ ਬਟਾਲਾ ਤੋਂ ਇਹ ਤਸਵੀਰਾਂ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਕਰਨਾਮਾ ਦੇ ਰਹਿਣ ਵਾਲੇ 50 ਸਾਲਾ ਬਲਵੀਰ ਸਿੰਘ ਨੂੰ ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਮ੍ਰਿਤਕ ਬਲਵੀਰ ਸਿੰਘ 2 ਬੱਚਿਆਂ ਦਾ ਪਿਤਾ ਸੀ ਅਤੇ ਅੱਡਾ ਪੰਜਗਰਾਈਆਂ ਵਿਖੇ ਬਿਜਲੀ ਦੇ ਸਮਾਨ ਦੀ ਦੁਕਾਨ ਕਰਦਾ ਸੀ। ਮ੍ਰਿਤਕ ਬਲਵੀਰ ਸਿੰਘ ਪਿੰਡ ਕਰਨਾਮਾ ਦੇ ਮੌਜੂਦਾ ਸਰਪੰਚ ਗੁਰਮੀਤ ਸਿੰਘ ਦਾ ਛੋਟਾ ਭਰਾ ਸੀ ਅਤੇ ਦੇਰ ਰਾਤ ਜਦੋਂ ਉਹ ਆਪਣੀ ਦੁਕਾਨ ਤੋਂ ਆਪਣੀ ਗੱਡੀ ਵਿੱਚ ਵਾਪਸ ਪਿੰਡ ਕਰਨਾਮਾ ਆ ਰਿਹਾ ਸੀ ਤਾਂ ਰਸਤੇ ਵਿੱਚ ਪਿੰਡ ਰਸੂਲਪੁਰ ਨਜ਼ਦੀਕ ਅਣਪਛਾਤੇ ਵਿਅਕਤੀਆਂ ਵੱਲੋਂ ਬਲਵੀਰ ਸਿੰਘ ਦੀ ਗੱਡੀ 'ਤੇ ਹਮਲਾ ਕਰ ਦਿੱਤਾ ਗਿਆ ਅਤੇ ਅਣਪਛਾਤਿਆਂ ਵੱਲੋਂ ਉਹਨਾਂ ਨੂੰ ਗੋਲੀ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਸਰਪੰਚ ਭਰਾ ਦਾ ਕਹਿਣਾ ਸੀ ਕਿ ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਅਤੇ ਰੰਜਸ ਨਹੀਂ ਸੀ। ਪੁਲਿਸ ਮੁਤਾਬਕ 5 ਗੋਲੀਆਂ ਦੇ ਖੋਲ ਬਰਾਮਦ ਹੋਏ ਹਨ, ਬਾਕੀ ਛਾਣਬੀਣ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਤੁਸੀਂ ਦੇਖਦੇ ਪਏ ਹੋ ਡੀ ਪੀ ਸੀ ਪੰਜਾਬੀ 'ਤੇ ਇਹ ਤਸਵੀਰਾਂ। ਆਓ ਗੱਲਬਾਤ ਕਰ ਲੈਂਦੇ ਹਾਂ। ਮੈਂ ਗੁਰਮੀਤ ਸਿੰਘ ਕਰਨਾਮੇ ਦਾ ਸਰਪੰਚ ਮੌਕੇ 'ਤੇ ਗੋਲੀਆਂ ਮਾਰੀਆਂ ਗਿਆ। ਕਿਹੜੀ ਜਗ੍ਹਾ ਇਹ? ਰਸੂਲਪੁਰ ਪਿੰਡ ਪਿੰਡਾਂ ਚਕੇਰੀ ਗੁਰਦੁਆਰਾ ਲਾਗੇ। ਕਿੰਨੇ ਵਜੇ ਦੀ ਗੱਲ? ਇਹ ਪਤਾ ਨੀ ਰਾਤ ਕਿੰਨੇ ਵਜੇ ਵੱਜਿਆ, ਸਾਨੂੰ ਨੀ ਕੋਈ ਪਤਾ। ਸਾਡੇ ਘਰੋਂ ਨਿਕਲਿਆ ਕਿਤੇ 9 ਵਜੇ ਨਾ। ਹਾਂਜੀ, ਵਿਆਹੇ 2 ਬੇਟਾ ਇੱਕ ਬੇਟੀ ਆ। ਦੇ ਕੋਈ ਰੰਜਿਸ਼ ਨਹੀਂ ਇਹਦੀ। ਹਾਂਜੀ ਹਾਂਜੀ ਪਹੁੰਚੀ ਹੈ ਜੀ। ਕੀ ਕਹਿੰਦੀ ਪੁਲਿਸ? ਹਾਂਜੀ ਆਪਣੀ ਛਾਣਬੀਨ ਕਰਨ ਡੇ। ਨਹੀਂ ਕੋਈ ਸ਼ੱਕ ਨਹੀਂ ਕਿ ਬਲਵੀਰ ਸਿੰਘ ਆਇਆ ਪੰਜਗਰਾਈਆਂ ਦਾ, ਪਿੱਛੋਂ ਪਿੰਡਾਂ ਦਾ ਕਰਨਾਮਿਆਂ ਦਾ। ਪੰਜਗਰਾਈ ਅੱਡੇ 'ਤੇ ਇਹਦੀ ਇਲੈਕਟ੍ਰੀਸ਼ਨ ਦੀ ਦੁਕਾਨ ਹੈ। ਰਾਤੀ ਕਰੀਬ 9:20 ਦੇ ਕਰੀਬ ਉੱਥੋਂ ਤੁਰਿਆ ਅਤੇ ਇੱਥੇ ਅੱਜ ਸਵੇਰੇ ਇਨਫੋਰਮੇਸ਼ਨ ਮਿਲੀ ਆ ਤੋਂ ਘੰਟਾ ਕੁ ਪਹਿਲੇ ਕਿ ਇੱਕ ਡੈੱਡ ਬੋਡੀ ਪਈ ਹੈ ਇੱਥੇ ਕਾਰ ਦੇ ਵਿੱਚ, ਅਤੇ ਆ ਕੇ ਮੌਕੇ 'ਤੇ ਵੇਖਿਆ ਨਜ਼ਦੀਕ ਖੋਲ ਵੀ ਪਏ ਨੇ ਅਤੇ ਅਸੀਂ ਫੋਰੈਂਸਿਕਸ ਆਈ ਜਿਹੜੀ ਟੀਮ ਇੰਤਜ਼ਾਰ ਕਰਦੇ ਪਏ, ਬਾਕੀ ਡੌਗ ਸਕਵਾਡ ਅਤੇ ਬਾਕੀ ਦੂਸਰੇ ਕਰਦੇ ਪਏ, ਤਫਤੀਸ਼ ਕਰ ਰਹੇ ਹਾਂ ਜੀ। ਕਿੰਨੀਆਂ ਗੋਲੀਆਂ ਚੱਲੀਆਂ ਹੁਣ? ਖੋਲ 'ਤੇ ਇੱਥੇ 5 ਨਜ਼ਰ ਆ ਰਹੇ ਨੇ ਜੀ ਨਜ਼ਦੀਕ ਬਾਹਰਲੇ ਪਾਸੇ। ਹਾਂਜੀ, ਨਹੀਂ ਕੋਈ ਰੰਜਿਸ਼ ਨਹੀਂ ਹੈਗੀ।